ਇੱਕ ਸਮਾਂ ਹੁੰਦਾ ਸੀ ਜਦੋਂ ਮਾਂ ਬਾਪ ਆਪਣੇ ਬੱਚਿਆਂ ਨੂੰ ਇੱਕ ਚੰਗਾ ਡਾਕਟਰ, ਇੱਕ ਚੰਗਾ ਇੰਜੀਨੀਅਰ, ਪਾਇਲਟ ਜਾਂ ਵੱਧ ਤੋਂ ਵੱਧ ਇੱਕ ਸਰਕਾਰੀ ਮੁਲਾਜ਼ਮ ਬਣਾਉਣ ਦਾ ਸੁਪਨਾ ਦੇਖਦੇ ਸੀ। ਪਰ ਹੁਣ 21ਵੀਂ ਸਦੀ ਚੱਲ ਰਹੀ ਹੈ, ਸਮਾਂ ਜਿਹੜਾ ਹੈ ਬਹੁਤ ਅੱਗੇ ਵੱਧ ਚੁੱਕਾ ਹੈ, ਲੋਕ ਐਡਵਾਂਸ ਹੋ ਗਏ ਨੇ, ਪਰ ਇਸ ਦੇ ਨਾਲ ਹੀ ਜਿਹੜੇ ਸੁਪਨੇ ਨੇ ਉਹ ਵੀ ਕੁਝ ਹੋਰ, ਕੁਝ ਵੱਡੇ ਤੇ ਕੁਝ ਵੱਖਰੇ ਬਣ ਗਏ ਨੇ। ਸੁਪਨੇ ਅੱਜ ਕੱਲ ਦੇ ਜਿਹੜੇ ਮਾਂ ਬਾਪ ਨੇ, ਜਿਹੜੇ ਬੱਚੇ ਨੇ, ਉਹ ਐਬਰੋਡ ਦੇ ਵਿੱਚ ਸੈਟਲ ਹੋਣ ਦਾ ਜਾਂ ਐਬਰੋਡ ਦੇ ਵਿੱਚ ਚੰਗੀ ਸਿੱਖਿਆ ਹਾਸਲ ਕਰਨ ਦਾ ਸੁਪਨਾ ਦੇਖਦੇ ਨੇ, ਤਾਂ ਇਹਨਾਂ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਮਦਦ ਕਰਦੇ ਨੇ ਚੰਗੇ ਟਰੈਵਲ ਏਜੰਟ। ਸਾਡੇ ਨਾਲ ਇੱਕ ਏਜੰਟ ਮੌਜੂਦ ਨੇ ਓਮ ਗਲੋਬਲਸ ਤੋਂ, ਪੁਨੀਤ ਖੰਨਾ। ਗੱਲਬਾਤ ਕਰਕੇ ਜਾਣ ਲੈਂਦੇ ਹਾਂ ਕਿ ਬੱਚਿਆਂ ਦੇ ਜਾਂ ਮਾਂ ਬਾਪ ਦੇ ਇਹਨਾਂ ਸੁਪਨਿਆਂ ਨੂੰ ਕਿਸ ਤਰ੍ਹਾਂ ਸਾਕਾਰ ਕਰ ਰਹੇ ਹੋ। ਦੇਖੋ, ਅੱਜ ਦੀ ਡੇਟ ਦੇ ਵਿੱਚ ਜਿੱਦਾਂ ਤੁਸੀਂ ਕਿਹਾ ਕਿ ਹਰ ਬੱਚਾ ਬਾਹਰ ਜਾਣ ਬਾਰੇ ਗੱਲ ਕਰਦਾ ਕਿ ਬਾਹਰ ਜਾਣਾ ਚਾਹੁੰਦਾ, ਕਿਸੇ ਵੀ ਸਕੂਲ, ਕਿਸੇ ਵੀ ਕਾਲਜ ਦੇ ਵਿੱਚ, ਜੇ ਆਪਾਂ ਦਿੱਲੀ ਦੀ ਗੱਲ ਕਰ ਲਈਏ ਜਾਂ ਇੰਡੀਆ ਦੀ ਕਿਸੇ ਵੀ ਸਟੇਟ 'ਚ ਗੱਲ ਕਰ ਲਈਏ, ਪਲੱਸ ਟੂ ਵਾਲੇ ਬੱਚੇ ਨੂੰ ਪੁੱਛਿਆ ਜਾਂਦਾ ਕਿ ਤੂੰ ਇਸ ਤੋਂ ਬਾਅਦ ਕੀ ਕਰਨਾ, ਤਾਂ ਕੋਈ ਕਹਿੰਦਾ ਮੈਂ ਡਾਕਟਰ ਬਣਨਾ, ਕੋਈ ਕਹਿੰਦਾ ਮੈਂ ਇੰਜੀਨੀਅਰ ਬਣਨਾ, ਅਤੇ ਉਹੀ ਗੱਲ ਹੈ ਪੰਜਾਬ ਦੇ ਵਿੱਚ ਕਿਸੇ ਵੀ ਸਕੂਲ ਦੇ ਵਿੱਚ ਪਲੱਸ ਟੂ ਵਾਲੇ ਬੱਚੇ ਨੂੰ ਪੁੱਛ ਲਓ ਕਿ ਤੂੰ ਹੁਣ ਇਸ ਤੋਂ ਬਾਅਦ ਕੀ ਕਰਨਾ, ਉਹ ਕਹਿੰਦਾ ਮੈਂ ਕੈਨੇਡਾ ਜਾਣਾ। ਸੋ ਉਹ ਜਿਹੜਾ ਦੌਰ ਹੈ ਅੱਜ ਦੀ ਡੇਟ ਦੇ ਵਿੱਚ ਕੈਨੇਡਾ ਦੇ ਵਿੱਚ ਚੱਲ ਰਿਹਾ, ਚੰਗੀ ਗੱਲ ਕੀ ਹੈ ਕਿ ਕੈਨੇਡਾ ਹੋ ਗਿਆ ਜਾਂ ਆਸਟ੍ਰੇਲੀਆ ਹੋ ਗਿਆ, ਇਹਨਾਂ ਕੰਟਰੀਜ਼ ਦੇ ਵਿੱਚ ਜਿਹੜਾ ਏਰੀਆ ਕੰਟਰੀ ਕੋਲ ਬਹੁਤ ਜ਼ਿਆਦਾ ਹੈ, ਜਿਹੜੀ ਆਪਣੀ ਪਾਪੂਲੇਸ਼ਨ ਹੈਗੀ ਹੈ ਉਹ ਬਹੁਤ ਜ਼ਿਆਦਾ ਘੱਟ ਹੈ। ਮੈਂ ਇੱਕ ਕਾਨਫਰੰਸ ਅਟੈਂਡ ਕੀਤੀ ਕੈਨੇਡਾ ਦੇ ਵਿੱਚ, ਉਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਕਿਉਂ ਇਮੀਗ੍ਰੇਸ਼ਨ ਨੂੰ ਇੰਨੀ ਜ਼ਿਆਦਾ ਤਵੱਜੋ ਦਿੱਤੀ ਜਾ ਰਹੀ ਹੈ, ਕਿਉਂ ਕੈਨੇਡੀਅਨ ਸਰਕਾਰ ਉੱਥੇ ਹਰ ਤਰ੍ਹਾਂ ਦਾ ਸਟੂਡੈਂਟ, ਹਰ ਤਰ੍ਹਾਂ ਦਾ ਇਮੀਗ੍ਰੈਂਟ, ਹਰ ਤਰ੍ਹਾਂ ਦੀ PR ਵਾਲੇ ਬੰਦੇ ਨੂੰ ਵੈਲਕਮ ਕੀਤਾ ਜਾ ਰਿਹਾ। ਬਰਥ ਡੈਥ ਰੇਸ਼ੋ ਨਾਮ ਦੀ ਇੱਕ ਚੀਜ਼ ਹੁੰਦੀ ਹੈ, ਬਰਥ ਡੈਥ ਰੇਸ਼ੋ ਕੈਨੇਡਾ ਦੀ ਰੈਗੂਲਰ ਡਿਕਲਾਈਨ 'ਤੇ ਹੈ। 2030 ਦੇ ਵਿੱਚ ਨੈਗੇਟਿਵ ਬਰਥ ਡੈਥ ਰੇਸ਼ੋ ਹੋਏਗੀ ਕੈਨੇਡਾ ਦੀ, ਜਿਹਦਾ ਮਤਲਬ ਇਹ ਕਿ ਉਸ ਸਾਲ ਦੇ ਵਿੱਚ ਬੰਦੇ ਪੈਦਾ ਘੱਟ ਹੋਣਗੇ ਔਰ ਮਰਨਗੇ ਜ਼ਿਆਦਾ। ਇਹਨਾਂ ਸਾਰੀਆਂ ਰੀਜ਼ਨਸ ਕਰਕੇ ਇਮੀਗ੍ਰੇਸ਼ਨ ਨੂੰ ਤਵੱਜੋ ਦਿੱਤੀ ਜਾ ਰਹੀ ਹੈ, ਸਟੂਡੈਂਟਸ ਨੂੰ ਲਿਆ ਜਾ ਰਿਹਾ, ਔਰ ਪੰਜਾਬ ਦੇ ਵਿੱਚ ਰੈਗੂਲਰ ਬੇਸਿਸ ਦੇ ਉੱਤੇ ਜੇ ਤੁਸੀਂ ਦੇਖੋ ਹਰ ਸਟੂਡੈਂਟ ਚਾਹੁੰਦਾ ਕਿ ਮੈਂ ਕੈਨੇਡਾ ਜਾ ਕੇ ਪੜ੍ਹਾਈ ਕਰਾਂ, ਉੱਥੇ ਦੀ ਪੜ੍ਹਾਈ ਲੈ ਕੇ ਉੱਥੇ ਚੰਗੀ ਨੌਕਰੀ ਲੱਭਾਂ, ਉੱਥੇ ਦੇ ਮਾਹੌਲ 'ਚ ਰਵਾਂ, ਉੱਥੇ ਆਪਣੀ ਫੈਮਿਲੀ ਨੂੰ ਸ਼ਿਫਟ ਕਰਾਂ। ਹਰ ਬੰਦੇ ਦੀ ਅੱਜ ਦੀ ਡੇਟ 'ਚ ਇਹੀ ਸੋਚ ਹੋਈ ਪਈ। ਕਈ ਵਾਰ ਅਜਿਹਾ ਵੀ ਹੁੰਦਾ ਕਿ ਬੱਚੇ ਦੇਖੋ ਦੇਖੀ ਜਿਹੜੇ ਨੇ ਆਪਣੇ ਸੁਪਨੇ ਉਸੇ ਤਰ੍ਹਾਂ ਤਰੀਕੇ ਦੇ ਨਾਲ ਢਾਲ ਲੈਂਦੇ ਨੇ, ਕਿ ਜੇਕਰ ਉਹਨਾਂ ਦਾ ਕੋਈ ਕਜ਼ਨ ਹੈ ਜਾਂ ਦੋਸਤ ਮਿੱਤਰ ਹੈ ਜਿਹੜਾ ਕੈਨੇਡਾ ਜਾ ਰਿਹਾ, ਰੂਲਸ ਐਂਡ ਰੈਗੂਲੇਸ਼ਨਸ ਤੋਂ ਵਾਂਝੇ ਹੁੰਦੇ ਨੇ, ਡੂਜ਼ ਐਂਡ ਡੋਂਟਸ ਤੋਂ ਵਾਂਝੇ ਹੁੰਦੇ ਨੇ, ਚੰਗੀ ਤਰ੍ਹਾਂ ਇਹ ਚੀਜ਼ ਨਹੀਂ ਪਤਾ ਹੁੰਦੀ ਕਿ ਕਿਸ ਤਰੀਕੇ ਦੇ ਨਾਲ ਜਾਣਾ, ਕਿਸ ਤਰ੍ਹਾਂ ਤਿਆਰੀ ਕਰਨੀ ਹੈ। ਕਈ ਵਾਰ ਹੁੰਦਾ ਕਿ ਗਾਣਿਆਂ ਦੇ ਵਿੱਚ ਜਦੋਂ ਕੈਨੇਡਾ ਦਾ ਜ਼ਿਕਰ ਜ਼ਿਆਦਾ ਹੋ ਜਾਂਦਾ ਹੈ ਤਾਂ ਬੱਚੇ ਉਸੇ ਤਰੀਕੇ ਦੇ ਨਾਲ ਦਿਮਾਗ ਢਾਲ ਲੈਂਦੇ ਨੇ। ਉਹਨਾਂ ਬੱਚਿਆਂ ਨੂੰ ਉਹ ਜਿਹੜੇ ਗਿੱਲੀ ਮਿੱਟੀ ਹੁੰਦੀ ਹੈ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਤਬਦੀਲ ਕਰਦੇ ਹੋ, ਕਿਸ ਤਰੀਕੇ ਦੇ ਨਾਲ ਸ਼ੇਪ ਅਪ ਕਰਦੇ ਹੋ? ਦੇਖੋ, ਕੋਈ ਵੀ ਸਟੂਡੈਂਟ, ਕੋਈ ਵੀ ਬੰਦਾ ਸਾਡੇ ਕੋਲ ਆਫਿਸ ਦੇ ਵਿੱਚ ਕਾਉਂਸਲਿੰਗ ਲੈਣ ਆਉਂਦਾ, ਸਭ ਤੋਂ ਪਹਿਲਾਂ ਤਾਂ ਉਹਨੂੰ ਸਮਝਾਇਆ ਜਾਂਦਾ ਕਿ ਉਹ ਕੀ ਕਰਨ ਚੱਲਾ, ਉਹਨੂੰ ਪੁੱਛਿਆ ਜਾਂਦਾ ਕਿ ਤੂੰ ਕੀ ਕਰਨ ਚੱਲਾ, ਰੀਜ਼ਨ ਕੀ ਹੈ, ਵਾਈ ਡੂ ਯੂ ਵਾਂਟ ਟੂ ਗੋ ਟੂ ਕੈਨੇਡਾ। ਜਦੋਂ ਆਪਾਂ SOP ਦੀ ਵੀ ਗੱਲ ਕਰੀਏ, ਵੀਜ਼ਾ ਅਪਲਾਈ ਕਰਨ ਵੇਲੇ ਵੀ ਕੈਨੇਡੀਅਨ ਸਰਕਾਰ ਨੂੰ ਲਿਖ ਕੇ ਦੇਣਾ ਪੈਂਦਾ ਵਾਈ ਕੈਨੇਡਾ ਜਾਂ ਵਾਈ ਆਸਟ੍ਰੇਲੀਆ, ਵਾਈ ਦਿਸ ਯੂਨੀਵਰਸਿਟੀ। ਸੋ ਅਸੀਂ ਵੀ ਸਟੂਡੈਂਟ ਨੂੰ ਸਭ ਤੋਂ ਪਹਿਲਾਂ ਸਵਾਲ ਇਹੀ ਪੁੱਛਦੇ ਹਾਂ ਕਿ ਕਿਉਂ ਜਾਣਾ ਚਾਹੁੰਦਾ, ਰੀਜ਼ਨ ਕੀ ਹੈ। ਔਰ ਆਈ ਐਮ ਸਰਪ੍ਰਾਈਜ਼ਡ ਕਿ ਹਰ ਤਰ੍ਹਾਂ ਦਾ ਨਵਾਂ ਨਵਾਂ ਰੀਜ਼ਨ ਹਰ ਬੰਦੇ ਕੋਲ ਹੈਗਾ, ਬਟ ਅਲਟੀਮੇਟ ਗੋਲ ਐਂਡ ਆਫ ਦੀ ਡੇ ਹਰੇਕ ਦਾ ਇਹੀ ਹੈ ਕਿ ਮੈਂ ਕੱਲ੍ਹ ਨੂੰ ਉੱਥੇ ਪੱਕਾ ਹੋ ਜਾਵਾਂ ਅਤੇ ਉੱਥੇ ਹੀ ਰਹਿ ਲਵਾਂ। ਕੋਈ ਸਟੂਡੈਂਟ ਪੜ੍ਹਾਈ ਦੇ ਬੇਸ 'ਤੇ ਇਹ ਕੰਮ ਕਰਨਾ ਚਾਹੁੰਦਾ, ਕੋਈ ਚਾਹੁੰਦਾ ਕਿ ਮੈਂ ਪੜ੍ਹਾਈ ਦੇ ਵੀਜ਼ਾ ਲੈ ਕੇ ਉੱਥੇ ਚੱਲ ਜਾਵਾਂ, ਜਾ ਕੇ ਕੰਮ ਕਰਦਾ ਰਹਾਂ ਨਾਲ, ਸੋ ਦੈਟ ਮੇਰਾ ਖਰਚਾ ਨਿਕਲਦਾ ਰਹੇ। ਸੋ ਇਸ ਤਰ੍ਹਾਂ ਉਸ ਸਟੂਡੈਂਟ ਨੂੰ ਜਦੋਂ, ਜਿਹੜਾ ਸਟੂਡੈਂਟ ਆਉਂਦਾ ਉਹਨੂੰ ਜਦੋਂ ਪੁੱਛਿਆ ਜਾਂਦਾ ਕਿ ਕੀ ਪਤਾ ਉਹਨੂੰ ਕੈਨੇਡਾ ਬਾਰੇ,
ਕੀ ਜਾਣਕਾਰੀ ਹੈ ਉਹਦੇ ਕੋਲ, ਤਾਂ ਵੀ ਆਰ ਸਰਪ੍ਰਾਈਜ਼ਡ ਕਿ ਆਲਮੋਸਟ ਜ਼ੀਰੋ ਨੌਲੇਜ ਹੁੰਦੀ ਹੈ ਸਟੂਡੈਂਟ ਨੂੰ, ਉਹੀ ਸੁਣੀਆਂ ਸੁਣਾਈਆਂ ਗੱਲਾਂ, ਜਾਂ ਉਹੀ ਸਟੂਡੈਂਟ ਜਿਹੜੇ ਉੱਥੇ ਆਲਰੇਡੀ ਉਹਨਾਂ ਦੇ ਦੋਸਤ ਚਲੇ ਗਏ, ਉਹਨੇ ਦੱਸਤਾ ਕਿ ਇੱਥੇ ਇੱਦਾਂ ਵਾ, ਇਹ ਚੀਜ਼ ਬਹੁਤ ਵਧੀਆ, ਇਹ ਚੀਜ਼ ਉਸ ਤੋਂ ਵੀ ਵਧੀਆ, ਮਾੜੀ ਚੀਜ਼ ਸ਼ਾਇਦ ਕਦੀ ਕਿਸੇ ਨੂੰ ਦੱਸੀ ਨਹੀਂ ਗਈ, ਕਦੀ ਕਿਸੇ ਨੂੰ ਪਤਾ ਹੀ ਨਹੀਂ ਹੈਗੀ, ਕਿਉਂਕਿ ਜਿਹੜਾ ਬੱਚਾ ਉੱਥੇ ਬੈਠਾ ਵੀ ਆਪਣੇ ਦੋਸਤ ਨੂੰ ਫੋਨ ਕਰ ਰਿਹਾ, ਉਹ ਕਦੀ ਵੀ ਇਹ ਨਹੀਂ ਕਹਿੰਦਾ ਕਿ ਮੈਂ ਇਸ ਪੱਖੋਂ ਪਰੇਸ਼ਾਨ ਹਾਂ ਜਾਂ ਇਸ ਪੱਖੋਂ ਦੁਖੀ ਹਾਂ, ਉਹ ਕਹਿੰਦਾ ਕਿ ਇੱਥੇ ਕੰਮ ਹੀ ਬੜਾ ਵਧੀਆ, ਆਹ ਦੇਖ ਆਹ ਅੱਜ ਮੈਨੂੰ $100 ਦਾ ਨੋਟ ਮਿਲਿਆ, ਆਹ ਮੈਨੂੰ ਅੱਜ $200 ਮਿਲੇ, ਸੋ ਉਹ ਸਾਰੀਆਂ ਚੀਜ਼ਾਂ ਦੇਖ ਕੇ ਬੱਚਾ ਜਾਣਾ ਚਾਹੁੰਦਾ। ਜਦੋਂ ਬੱਚੇ ਨੂੰ ਦੱਸੀਦਾ ਕਿ ਉੱਥੇ ਕਿੰਨਾ ਕੁ ਹਾਰਡ ਵਰਕ ਹੈ, ਕਿ ਅਗਲੇ 5 ਸਾਲ 6 ਸਾਲ 7 ਸਾਲ ਕਿਸ ਦੌਰ ਤੋਂ ਉਹਨੂੰ ਗੁਜ਼ਰਨਾ ਪਊਗਾ, ਕਿਸ ਤਰ੍ਹਾਂ ਦੀ ਹਾਰਡਸ਼ਿਪਸ ਫੋਲੋ ਕਰਨੀਆਂ ਪਊਗੀਆਂ, ਉਦੋਂ ਉਹਨੂੰ ਸਮਝ ਲੱਗਦੀ ਹੈ। ਔਰ ਬਹੁਤ ਸਾਰੇ ਸਟੂਡੈਂਟਸ ਉਦੋਂ ਰੀਥਿੰਕ ਕਰਦੇ ਆ ਆਪਣੇ ਡਿਸੀਜ਼ਨ ਬਾਰੇ ਕਿ ਹਾਂ ਮੈਂ ਕੀ ਕਰਨਾ ਚਾਹੁੰਦਾ ਕੀ ਨਹੀਂ ਕਰਨਾ ਚਾਹੁੰਦਾ। ਸਟੂਡੈਂਟ ਆਉਂਦਾ, ਸਟੂਡੈਂਟ ਦੀ ਪ੍ਰੈਫਰੈਂਸ ਕੀ ਹੈ ਕਿ ਜੀ ਮੈਂ ਕੈਨੇਡਾ ਪੜ੍ਹਨ ਜਾਣਾ, ਉਹ ਉਹਦੇ ਡਾਕੂਮੈਂਟ ਦੇਖਦੇ ਆ, ਡਾਕੂਮੈਂਟ ਦੇ ਵਿੱਚ ਆਇਲਟਸ ਦਾ ਸਕੋਰ ਘੱਟ ਆਇਆ, ਫੋਰ ਵਟ ਐਵਰ ਰੀਜ਼ਨ ਤੁਹਾਨੂੰ ਮਨਾ ਕੀਤਾ ਜਾਂਦਾ ਕਿ ਨਹੀਂ ਜੀ ਤੁਸੀਂ ਕੈਨੇਡਾ ਲਈ ਐਲੀਜੀਬਲ ਨਹੀਂ ਹੋ। ਸਟੂਡੈਂਟ ਕਹਿੰਦਾ ਜੀ ਠੀਕ ਹੈ ਜੀ ਮੈਨੂੰ ਆਸਟ੍ਰੇਲੀਆ ਲਈ ਦੇਖ ਲਓ, ਉਹੀ ਡਾਕੂਮੈਂਟ ਦੇਖਦੇ ਆ, ਉਹੀ ਡਾਕੂਮੈਂਟ ਦੇ ਵਿੱਚ ਕਿਸੇ ਨਾ ਕਿਸੇ ਰੀਜ਼ਨ ਕਰਕੇ ਮੰਨ ਲਓ ਆਸਟ੍ਰੇਲੀਆ ਲਈ ਵੀ ਐਲੀਜੀਬਲ ਨਹੀਂ ਹੈ, ਉਹਨੂੰ ਦੱਸੀਦਾ ਕਿ ਤੂੰ ਭਾਈ ਆਸਟ੍ਰੇਲੀਆ ਲਈ ਵੀ ਐਲੀਜੀਬਲ ਨਹੀਂ ਹੈ। ਉਹ ਕਹਿੰਦਾ ਫਿਰ ਆਪ ਇਹ ਕਾਗਜ਼ ਤੁਸੀਂ ਦੱਸ ਦਿਓ ਕਿਹੜੀ ਕੰਟਰੀ ਲਈ ਐਲੀਜੀਬਲ ਆ, ਮੈਨੂੰ ਇੱਥੋਂ ਭੇਜ ਦਿਓ। ਸੋ ਦੈਟ ਮੀਨਸ ਕਿ ਇੱਕ ਬੇਸਲੈਸ ਨੇ, ਉਹ ਪੁਆਇੰਟ ਨਹੀਂ ਹੈਗਾ ਕਿ ਮੈਂ ਕਿਉਂ ਜਾਣਾ ਚਾਹੁੰਦਾ, ਮੈਂ ਕੀ ਕਰਨ ਜਾਣਾ ਚਾਹੁੰਦਾ, ਉਹ ਸਾਰੀਆਂ ਚੀਜ਼ਾਂ ਬਾਅਦ ਦੇ ਵਿੱਚ ਹੈ। ਉਹ ਕਹਿੰਦਾ ਪਹਿਲਾਂ ਮੈਨੂੰ ਭੇਜ ਦਿਓ, ਮੈਨੂੰ ਉੱਥੇ ਪਹੁੰਚ ਲੈਣ ਦਿਓ, ਫਿਰ ਮੈਂ ਸੋਚ ਕੇ ਦੱਸੂਗਾ ਮੈਂ ਕੀ ਕਰਨ ਆਇਆ। ਮਤਲਬ ਏਮਲੈਸ ਨੇ, ਏਮ ਜਾ ਕੇ ਡਿਸਾਈਡ ਹੋਏਗਾ, ਬਸ ਇੱਕ ਵਾਰ ਕੈਨੇਡਾ ਪੈਰ ਰੱਖ। ਐਬਸੋਲੂਟਲੀ ਬਿਲਕੁਲ ਇੱਦਾਂ ਹੀ ਹੈ ਕਿ ਕੀ ਕਰਨਾ ਕੀ ਨਹੀਂ ਕਰਨਾ, ਇਹ ਮੈਂ ਬਾਅਦ ਦੇ ਵਿੱਚ ਜਾ ਕੇ ਦੇਖੂੰਗਾ। ਭਾਈ ਉੱਥੇ ਕੰਮ ਨਹੀਂ ਮਿਲਦਾ ਕੋਈ ਗੱਲ ਨਹੀਂ, ਭਾਈ ਇਸ ਕੋਰਸ ਦੇ ਵਿੱਚ PR ਨਹੀਂ ਮਿਲਦੀ ਨਹੀਂ ਕੋਈ ਗੱਲ ਨਹੀਂ, ਤੁਸੀਂ ਮੈਨੂੰ ਇੱਕ ਵਾਰੀ ਭੇਜ ਦਿਓ, ਮੈਂ ਜਦੋਂ ਪਹੁੰਚ ਜਾਊਂਗਾ ਉਸ ਤੋਂ ਬਾਅਦ ਮੈਂ ਦੇਖੂੰਗਾ ਮੈਂ ਕੀ ਕਰਨਾ ਮੈਂ ਕੀ ਨਹੀਂ ਕਰਨਾ। ਤੁਸੀਂ ਇਸ ਗੱਲ ਦੀ ਟੈਨਸ਼ਨ ਨਾ ਲਓ ਕਿ ਮੈਂ ਕਿਉਂ ਚੱਲਾਂ ਵਾ, ਮੈਂ ਕੀ ਕਰਾਂਗਾ, ਮੇਰੇ ਕੋਰਸ ਦੀ ਕੀ ਵੈਲਿਊ ਹੈ, ਮੈਂ ਕਿਸੇ ਬੈਟਰ ਕਾਲਜ ਦੇ ਵਿੱਚ ਜਾ ਸਕਦਾ, ਕਿਸੇ ਬੈਟਰ ਕੰਟਰੀ ਦੇ ਵਿੱਚ ਜਾ ਸਕਦਾ, ਨਥਿੰਗ ਐਟ ਆਲ, ਮੈਨੂੰ ਭੇਜ ਦਿਓ। ਜਿਹਦਾ ਸਾਫ਼ ਸਾਫ਼ ਇਗਜ਼ਾਮਪਲ ਹੈਗਾ ਸਿੰਗਾਪੁਰ ਸਾਈਪਰਸ, ਕਿੰਨਾ ਬੱਚਾ ਪੰਜਾਬ ਤੋਂ ਸਿੰਗਾਪੁਰ ਔਰ ਸਾਈਪਰਸ ਪੜ੍ਹਨ ਜਾਂਦਾ, ਔਰ ਕਿਸ ਕੀ ਸੋਚ ਕੇ ਜਾਂਦਾ ਜਾਂ ਕਿਸ ਫਿਊਚਰ ਨਾਲ ਜਾਂਦਾ। ਮੈਂ ਮੰਨਦਾ ਕਿਸੇ ਹੱਦ ਤੱਕ ਕਿਤੇ ਨਾ ਕਿਤੇ ਕੁਛ ਏਜੰਟਸ ਉਹਨਾਂ ਨੂੰ ਕੁਛ ਇੱਦਾਂ ਦੇ ਸੁਪਨੇ ਦਿਖਾ ਦਿੰਦੇ ਕਿ ਸਿੰਗਾਪੁਰ ਔਰ ਸਾਈਪਰਸ ਨੂੰ ਹੀ ਕੈਨੇਡਾ ਅਮੈਰੀਕਾ ਮੰਗਰ ਬਣਾ ਕੇ ਪੇਸ਼ ਕਰ ਦਿੱਤਾ ਜਾਂਦਾ, ਕਿ ਬੱਚਾ ਕਹਿੰਦਾ ਲੈ ਫਿਰ ਗੱਲ ਤਾਂ ਸੇਮ ਹੀ ਹੈ, ਫਿਰ ਮੈਂ ਉੱਧਰਲੇ ਪਾਸੇ ਚੱਲ ਜਾਂਦਾ। ਬਟ ਅਲਟੀਮੇਟਲੀ ਜਦੋਂ ਉੱਥੇ ਪਹੁੰਚਦਾ, ਮੈਂ ਅੱਜ ਤੋਂ 3 ਕੁ ਸਾਲ ਪੁਰਾਣੀ ਗੱਲ ਕਰਦਾ, 3 ਸਾਲ ਪਹਿਲਾਂ ਮੈਂ ਸਿੰਗਾਪੁਰ ਗਿਆ, ਉੱਥੇ ਇੱਕ ਗੁਰਦੁਆਰੇ ਜਾ ਕੇ ਸਟੂਡੈਂਟਸ ਨੂੰ ਮਿਲਿਆ 3-4, ਉਹ ਸਟੂਡੈਂਟ ਦੀ ਅੱਖਾਂ 'ਚ ਆਂਸੂ ਸੀਗੇ ਕਿ ਭਾਈ ਇਹ ਸਾਨੂੰ ਕੀ ਦੱਸ ਕੇ ਇੱਥੇ ਭੇਜਿਆ ਗਿਆ ਸੀ, ਅਤੇ ਕੀ ਇੱਥੇ ਹਾਲ ਹੈ ਸਾਡਾ, ਨਾ ਅਸੀਂ ਵਾਪਸ ਜਾਣ ਜੋਗੇ। 3-3.5 ਲੱਖ ਰੁਪਏ ਜਿੱਥੇ ਖਰਚਾ ਆਉਂਦਾ ਸਿੰਗਾਪੁਰ ਜਾਣ ਦਾ, 6-6-8-8 ਲੱਖ ਰੁਪਏ ਦੇ ਕੇ ਵੀ ਸਟੂਡੈਂਟ ਉੱਥੇ ਗਿਆ ਹੋਇਆ, ਨਾ ਵਾਪਸ ਆਉਣ ਜੋਗਾ ਨਾ ਉੱਥੇ ਰਹਿਣ ਜੋਗਾ। ਸੋ ਇਹ ਸਾਰੀਆਂ ਚੀਜ਼ਾਂ ਦਾ ਜੇ ਤੁਹਾਨੂੰ ਪਹਿਲਾਂ ਖਿਆਲ ਹੋਏ, ਪਹਿਲਾਂ ਦੇਖਿਆ ਹੋਏ, ਤੁਸੀਂ ਪਹਿਲਾਂ ਸਮਝ ਹੋਏ ਕਿ ਆਪਾਂ ਕੀ ਕਰਨ ਚੱਲੇ ਹਾਂ, ਸਾਡਾ ਵਿਊ ਪੁਆਇੰਟ ਕੀ ਹੈ, ਏਮ ਕੀ ਹੈ, ਫਿਰ ਕਾਮਯਾਬੀ ਜਿਹੜੀ ਹੈਗੀ ਹੈ ਬਹੁਤ ਈਜ਼ੀਲੀ ਅਚੀਵ ਕੀਤੀ ਜਾ ਸਕਦੀ ਹੈ। ਜੀ ਬਹੁਤ ਸਾਰੇ ਅਣਗਿਣਤ ਬੱਚੇ ਨੇ, ਅਣਗਿਣਤ ਯੰਗਸਟਰਸ ਨੇ ਜਿਹੜੇ ਕਿ ਅਜਿਹੀਆਂ ਕੰਟਰੀਜ਼ ਦੇ ਵਿੱਚ ਫਸੇ ਹੋਏ ਨੇ, ਵਾਪਸ ਵੀ ਆਉਣਾ ਚਾਹੁੰਦੇ ਨੇ ਪਰ ਆ ਨਹੀਂ ਪਾ ਰਹੇ ਕਿਉਂਕਿ ਗਲਤ ਤਰੀਕੇ ਦੇ ਨਾਲ ਉਹਨਾਂ ਨੂੰ ਬਾਹਰ ਭੇਜਿਆ ਗਿਆ, ਹੁਣ ਉੱਥੇ ਜਾ ਕੇ ਫਸ ਚੁੱਕੇ ਨੇ। ਲੋਕਾਂ ਨੂੰ ਅਵੇਅਰ ਕਰੋ, ਲੋਕਾਂ ਨੂੰ ਦੱਸੋ ਕਿ ਇਹਨਾਂ ਤਰੀਕਿਆਂ ਤੋਂ ਜਾਂ ਅਜਿਹੇ ਏਜੰਟਸ ਤੋਂ ਕਿਸ ਤਰ੍ਹਾਂ ਬਚਿਆ ਜਾਏ। ਦੇਖੋ ਬੜਾ ਸੌਖਾ ਤਰੀਕਾ ਅੱਜ ਦੀ ਡੇਟ ਦੇ ਵਿੱਚ, ਪਹਿਲੀ ਗੱਲ ਤਾਂ ਸਟੂਡੈਂਟ ਵੀਜ਼ਾ ਵਰਗੀ ਕੋਈ ਦੇਣ ਹੀ ਨਹੀਂ ਹੋ ਸਕਦੀ ਪੰਜਾਬ ਦੇ ਯੂਥ ਲਈ। ਕਿੰਨਾ ਕੁ ਸਟੂਡੈਂਟ ਪਿਛਲੇ 2-3 ਸਾਲ ਦੇ ਵਿੱਚ ਕੈਨੇਡਾ ਚਲਾ ਗਿਆ, ਮੈਨੂੰ ਲੱਗਦਾ ਜੇ ਤੁਸੀਂ ਆਪਣੇ ਪਿੰਡ, ਆਪਣੇ ਸ਼ਹਿਰ, ਆਪਣੀ ਰਿਸ਼ਤੇਦਾਰੀ 'ਚ ਦੇਖੋ ਤਾਂ ਹਰ ਦੂਜਾ ਬੰਦਾ ਕਹਿੰਦਾ ਜੀ ਉਹ ਚਲਾ ਗਿਆ ਜੀ, ਉਹ ਫਲਾਨਾ ਚਲਾ ਗਿਆ, ਉਹਨੇ ਅਗਲੇ ਹਫ਼ਤੇ ਚਲ ਜਾਣਾ, ਉਹਦੀ ਸਪਤੰਬਰ ਇਨਟੇਕ ਦੀ ਫਾਈਲ ਲੱਗੀ ਆ, ਉਹ ਜਨਵਰੀ ਲਈ ਚਲੇ ਗਈ, ਉਹਦੀ ਆਇਲਟਸ ਚੱਲ ਰਹੀ ਹੈ।
ਸੋ ਜਦੋਂ ਇੰਨਾ ਸੌਖਾ ਤਰੀਕਾ ਸਿੱਧਾ ਸਿੱਧਾ ਜਾਣ ਦਾ ਤੁਹਾਡੇ ਕੋਲ ਹੋਵੇ, ਫਿਰ ਉਹਦੇ ਬਾਵਜੂਦ ਆਪਾਂ ਇਹ ਇਹਨਾਂ ਤਰੀਕਿਆਂ ਨਾਲ ਜਾਈਏ ਕਿ ਜੀ ਇੱਕ ਕੰਟਰੀ ਤੋਂ ਦੂਜੀ ਅਤੇ ਦੂਜੀ ਤੋਂ ਤੀਜੀ, ਜਾਂ ਆਪਾਂ ਉਹਨਾਂ ਮਾੜੀਆਂ ਕੰਟਰੀਆਂ ਦੇ ਵਿੱਚ ਜਾ ਕੇ ਵਸੇਰਾ ਕਰੀਏ, ਤਾਂ ਫਿਰ ਆਪਾਂ ਕਿਸੇ ਏਜੰਟ ਨੂੰ ਕਸੂਰ ਦੇਣ ਨਾਲੋਂ ਸਭ ਤੋਂ ਪਹਿਲਾਂ ਆਪ ਹੀ ਕਸੂਰਵਾਰ ਹੈਗੇ ਹਾਂ ਕੀ ਸੋਚ ਕੇ ਅਸੀਂ ਇਹ ਸਟੈਪ ਲਿਆ ਸੀਗਾ। ਬਹੁਤ ਸਾਰੇ ਲੋਕ ਰੈਗੂਲਰ ਫੇਸਬੁੱਕ 'ਤੇ ਵੀਡੀਓਜ਼ ਤੁਸੀਂ ਦੇਖਦੇ ਹੋ, ਲੋਕ ਅਮੈਰੀਕਾ ਜਾਣ ਲਈ ਕਿੰਨੇ ਕਿੰਨੇ ਕਿਲੋਮੀਟਰ ਤੁਰਦੇ ਆ, ਕੋਈ ਜੰਗਲ 'ਚੋਂ ਨਿਕਲ ਰਿਹਾ, ਕੋਈ ਨਾਲਿਆਂ 'ਚੋਂ ਨਿਕਲ ਰਿਹਾ, ਕੋਈ ਕਿਸ਼ਤੀ 'ਚ ਬਹਿ ਬਹਿ ਕੇ ਜਾ ਰਿਹਾ। ਉਹਦਾ ਰੀਜ਼ਨ ਕੀ ਹੈ, ਉਹਦਾ ਕਾਰਨ ਕੀ ਹੈ, ਅੱਜ ਤੱਕ ਮੈਨੂੰ ਸਮਝ ਨਹੀਂ ਲੱਗਾ। ਇਨਫੈਕਟ ਪਿੱਛੇ ਜੇ ਇੱਕ ਨਿਊਜ਼ ਸੀਗੀ ਕਿ ਇੱਕ ਲੇਡੀ ਆਪਣੀ ਬੱਚੀ ਦੇ ਨਾਲ, ਛੋਟੀ 6 ਸਾਲ ਦੀ ਬੱਚੀ ਦੇ ਨਾਲ, ਗੋਟੇਮਾਲਾ ਮੈਕਸੀਕੋ ਦੇ ਰਸਤੇ ਥਾਈਂ ਅਮੈਰੀਕਾ ਜਾਣ ਦੀ ਕੋਸ਼ਿਸ਼ ਕੀਤੀ ਔਰ ਰਸਤੇ ਦੇ ਵਿੱਚ ਦੋਨੇ ਜਣਿਆਂ ਦੀ ਡੈਥ ਹੋ ਗਈ। ਠੀਕ ਹੈ, ਉਸ ਇੱਦਾਂ ਦੀਆਂ ਇੰਸੀਡੈਂਟ ਰੈਗੂਲਰ ਸੁਣਦੇ ਹਾਂ, ਰੈਗੂਲਰ ਦੇਖਦੇ ਹਾਂ, ਉਹਦੇ ਬਾਵਜੂਦ ਅਸੀਂ ਕਹਿੰਦੇ ਕਿ ਏਜੰਟ ਗਲਤ ਸੀ, ਏਜੰਟ ਨੇ ਮੈਨੂੰ ਕਿਹਾ ਕਿ ਤੂੰ ਉੱਥੋਂ ਚੱਲ ਜਾ। ਤੁਹਾਨੂੰ ਜੇ ਆਪ ਨੂੰ ਨਹੀਂ ਪਤਾ, ਤੁਸੀਂ ਜੇ ਆਪ ਇਸ ਚੀਜ਼ ਬਾਰੇ ਧਿਆਨ ਨਾਲ ਨਹੀਂ ਦੇ ਸਕਦੇ, ਕਿਸੇ ਦਾ ਕਸੂਰ ਨਾ ਕੱਢੋ, ਪਹਿਲੇ ਜ਼ਿੰਮੇਵਾਰ ਕਸੂਰਵਾਰ ਤੁਸੀਂ ਆਪ ਹੋ। ਪੰਜਾਬ ਸਰਕਾਰ ਨੇ ਲਾਇਸੈਂਸ ਦਿੱਤੇ, ਉਹਨਾਂ ਦੀ ਵੈਬਸਾਈਟ 'ਤੇ ਜਾਓ, ਦੇਖੋ ਲਾਇਸੈਂਸ ਵਾਲਾ ਏਜੰਟ ਕਿਹੜਾ, ਉਹਨਾਂ 'ਚੋਂ ਚੂਜ਼ ਕਰ ਲਓ। ਉਹਨਾਂ 'ਚ ਵੀ ਚੁਆਇਸ ਬਹੁਤ ਜ਼ਿਆਦਾ, ਕਿਸੇ ਸ਼ਹਿਰ 'ਚ 200 ਨੇ, ਕਿਸੇ ਸ਼ਹਿਰ 400 ਨੇ, ਕਿਸੇ 'ਚ 500 ਨੇ, ਉਹ 'ਚੋਂ ਦੇਖ ਲਓ ਕਿਹੜੇ ਦਾ ਕਿੱਥੇ ਕਿੱਥੇ ਆਫਿਸ ਹੈਗਾ ਵਾ, ਕਿੰਨੇ ਵੀਜ਼ੇ ਅੱਜ ਤੱਕ ਕਿਸੇ ਨੇ ਲਵਾਏ, ਕਿੰਨੇ ਲੋਕ ਉਹਨੇ ਬਾਹਰ ਭੇਜੇ, ਉਹਨਾਂ 'ਚੋਂ ਕਿੰਨੇ ਲੋਕ ਸੈਟਿਸਫਾਈਡ ਨੇ, ਕਿਹੜੀ ਕੰਟਰੀ ਦੇ ਨਾਲ ਕੌਣ ਬੰਦਾ ਡੀਲ ਕਰਦਾ, ਉਹ ਬੰਦਾ ਆਨਸਰੇਬਲ ਕਿਹਨੂੰ ਹੈ, ਉਹਦੀ ਕੋਈ ਸਰਟੀਫਿਕੇਸ਼ਨ ਹੈਗੀ ਆ। ਸੋ ਜਦੋਂ ਇਹ ਸਾਰੀਆਂ ਚੀਜ਼ਾਂ, ਇੰਨੀ ਦੂਰ ਆਪਾਂ ਜਾਣਾ, ਇੰਨੇ ਪੈਸੇ ਲਾ ਕੇ ਜਾਣਾ, ਮਾਂ ਪਿਓ ਦੇ ਇੰਨੇ ਪੈਸੇ ਲਵਾ ਕੇ ਜਾਣਾ, 12-15 ਲੱਖ ਰੁਪਇਆ ਲੱਗ ਜਾਂਦਾ ਅੱਜ ਇਹਨਾਂ 'ਚੋਂ ਕਿਸੇ ਵੀ ਚੰਗੀ ਕੰਟਰੀ ਜਾਣਾ ਹੋਵੇ, ਇੱਕ ਦਿਨ ਦੀ ਰਿਸਰਚ ਨਹੀਂ ਕਰ ਸਕਦੇ ਆਪਾਂ ਉਹ 15 ਲੱਖ ਰੁਪਇਆ ਦੇਣ ਦੇ ਪਿੱਛੇ। ਫਿਰ ਸਭ ਤੋਂ ਪਹਿਲਾਂ ਹੀ ਦੇ ਦਿੰਦੇ ਹੋ ਪੈਸੇ, ਲਿਜਾ ਕੇ ਝੋਲਾ ਭਰ ਕੇ ਲੈ ਜਾਂਦੇ ਕਿ ਆਹ ਲਓ ਫੜੋ ਜੀ ਪੈਸੇ, ਸਾਡਾ ਕੰਮ ਕਰਾ ਦਿਓ। ਪੈਸੇ ਤਾਂ ਅਗਲੇ ਨੂੰ ਤੁਸੀਂ ਦੇ ਹੀ ਦਿੱਤੇ, ਉਹਦਾ ਇੰਟਰਸਟ ਕੀ ਰਹਿ ਗਿਆ ਤੁਹਾਡਾ ਕੰਮ ਕਰਾਉਣ ਦੇ ਵਿੱਚ? ਜਦ ਤੁਸੀਂ ਪੈਸੇ ਦੇ ਦਿੱਤੇ, ਅਗਲੇ ਨੇ ਪੈਸੇ ਜੇਬ 'ਚ ਪਾ ਲਏ, ਥੋੜ੍ਹੇ ਜਿਹੇ ਸ਼ਾਮ ਨੂੰ ਖਰਚ ਲੂਗਾ, ਥੋੜ੍ਹੇ ਜਿਹੇ ਕੱਲ੍ਹ ਸਵੇਰੇ ਖਰਚ ਲੂਗਾ, ਉਹਦਾ ਤੁਹਾਡੇ ਕੇਸ ਦੇ ਵਿੱਚ ਕੀ ਇੰਟਰਸਟ ਰਹਿ ਗਿਆ? ਉਹਦਾ ਇੰਟਰਸਟ ਤਾਂ ਨਵੇਂ ਬੰਦੇ ਵੱਲ ਰਹਿ ਗਿਆ ਜਿਹਨੇ ਹਜੇ ਪੈਸੇ ਲੈ ਕੇ ਆਉਣੇ ਆ। ਇਹੀ ਰੀਜ਼ਨ ਹੈਗਾ ਵਾ ਜਿਹਦੇ ਕਰਕੇ ਇਹ ਮੁਹਿੰਮ ਕੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ, ਸਾਡਾ ਵਪਾਰ ਹੈ, ਅਸੀਂ ਇੰਟਰਸਟਿਡ ਤੁਹਾਡੇ ਕੇਸ ਦੇ ਵਿੱਚ, ਕਿਉਂ ਅਸੀਂ ਕਿਉਂ ਉਹਦੇ 'ਚ ਜ਼ੋਰ ਲਾ ਰਹੇ, ਸਾਨੂੰ ਪਤਾ ਤੁਹਾਡਾ ਵੀਜ਼ਾ ਲੱਗੂਗਾ ਅਤੇ ਸਾਨੂੰ ਪੈਸੇ ਮਿਲਣੇ ਆ। ਵੀਜ਼ਾ ਨਹੀਂ ਲੱਗੂਗਾ ਤਾਂ ਮੋਨਿਟਰੀ ਲੌਸ ਵੀ ਹੈ, ਮੈਂ ਤੁਹਾਡੇ ਉੱਤੇ ਇਨਵੈਸਟ ਕਰ ਰਿਹਾ, ਉਹ ਪੈਸੇ ਲਗਾ ਰਿਹਾ ਜਿਹੜੇ ਤੁਸੀਂ ਲਗਾਉਣੇ ਸੀ, ਜਿਹੜੀ ਅੰਬੈਸੀ ਇਮੀਗ੍ਰੇਸ਼ਨ ਤੁਹਾਡੇ ਤੋਂ ਲੈਣੇ ਸੀ, ਉਹ ਪੈਸੇ ਮੈਂ ਲਗਾ ਰਿਹਾ, ਇਸ ਕਰਕੇ ਮੇਰਾ ਇੰਟਰਸਟ ਹੈ। ਸੋ ਪਹਿਲਾਂ ਪੈਸੇ ਦੇਣਾ ਜਾਂ ਏਜੰਟ ਦੀ ਰਿਸਰਚ ਨਾ ਕਰਨਾ, ਇਹ 'ਚ ਤੁਸੀਂ ਆਪ ਕਸੂਰਵਾਰ ਹੋ, ਕਿਸੇ ਦਾ ਕੋਈ ਦੋਸ਼ ਨਹੀਂ ਹੈਗਾ। ਓਮ ਗਲੋਬਲਸ ਦੇ ਵਿੱਚ ਪੁਨੀਤ ਜੀ, ਤੁਹਾਡੇ ਕੋਲ ਵਰਸਟ ਤੋਂ ਵਰਸਟ ਕੇਸ ਕਿਹੜਾ ਆਇਆ? ਜਿਸ ਤਰ੍ਹਾਂ ਤੁਸੀਂ ਬੱਚਿਆਂ ਦੀ ਗੱਲ ਕੀਤੀ ਹੈ ਕਿ ਇੱਕ ਵਾਰ ਕੈਨੇਡਾ ਜਾਂ ਆਸਟ੍ਰੇਲੀਆ ਭੇਜ ਦਿਓ, ਬਾਅਦ ਵਿੱਚ ਦੇਖ ਲੂੰਗਾ ਕਿ ਉੱਥੇ ਜਾ ਕੇ ਕੀ ਕਰਨਾ। ਬਹੁਤ ਸਾਰੇ ਆਏ ਜੀ, ਕੋਈ ਇੱਕ ਨੂੰ ਪੁਆਇੰਟ ਆਊਟ ਕਰਨਾ ਸ਼ਾਇਦ ਬਹੁਤ ਮੁਸ਼ਕਿਲ ਹੈ। ਰੈਗੂਲਰ ਬੇਸਿਸ ਦੇ ਉੱਤੇ ਰੋਜ਼ ਦੇ ਰੋਜ਼ ਹੀ ਕੁਛ ਨਾ ਕੁਛ ਇੱਦਾਂ ਦਾ ਚੱਲਦਾ ਰਹਿੰਦਾ। ਹਰ ਤਰ੍ਹਾਂ ਦਾ ਸਟੂਡੈਂਟ ਆਉਂਦਾ, ਕੋਈ 2 ਕੰਟਰੀਆਂ ਤੋਂ ਰਿਫਿਊਜ਼ ਕਰਾ ਕੇ ਆ ਜਾਂਦਾ, ਕੋਈ 3 ਕੰਟਰੀਆਂ ਤੋਂ ਰਿਫਿਊਜ਼ ਕਰਾ ਕੇ ਆ ਜਾਂਦਾ, ਕਿ ਉਹ ਸਾਡੇ ਲਈ ਆਪਸ਼ਨ ਹੀ ਨਹੀਂ ਛੱਡਦਾ ਕਿ ਅਸੀਂ ਉਹਨੂੰ ਕੀ ਕਰ ਸਕਦੇ ਹਾਂ ਅੱਗੋਂ ਦੀ। ਬਹੁਤ ਸਾਰੇ ਸਟੂਡੈਂਟ ਇੱਦਾਂ ਦੇ ਵੀ ਨੇ ਜਿਹੜੇ ਅਕੈਡਮਿਕਲੀ ਵੀਕ ਨੇ, ਏਜੰਟ ਨੇ ਉਹਨਾਂ ਦੇ ਨੰਬਰ ਵਧਾ ਕੇ ਅੰਬੈਸੀਆਂ 'ਚ ਫਾਈਲਾਂ ਲਾ ਦਿੱਤੀਆਂ, ਬੈਨ ਲਵਾ ਕੇ ਸਟੂਡੈਂਟ ਆ ਜਾਂਦਾ, ਆਸਟ੍ਰੇਲੀਆ ਦੇ ਵਿੱਚ ਫੰਡ ਜਾਲੀ ਲਵਾ ਕੇ ਬੈਨ ਲਵਾ ਕੇ ਆ ਜਾਂਦਾ। ਸੋ ਬਹੁਤ 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 ਸਾਰੀਆਂ ਚੀਜ਼ਾਂ ਨੇ, ਤੁਸੀਂ ਰੈਗੂਲਰਲੀ ਮਿਲਦੇ ਹੋ ਇੱਦਾਂ ਦੇ ਸਟੂਡੈਂਟਸ ਨੂੰ, ਰੈਗੂਲਰਲੀ ਇਹਨਾਂ ਦੀਆਂ ਆਪਸ਼ਨਸ ਦੇਖਦੇ ਹੋ ਕਿ ਕੀ ਹੋਇਆ, ਕਿਸ ਤਰ੍ਹਾਂ ਉਹ ਸਟੂਡੈਂਟ ਨੇ ਆਪਣੀ ਫਾਈਲ ਰਿਫਿਊਜ਼ ਕਰਾਈ। ਬਟ ਐਂਡ ਆਫ ਦ ਡੇ ਵੀ ਆਰ ਦੇਅਰ ਟੂ ਹੈਲਪ। ਕੋਈ ਵੀ ਸਟੂਡੈਂਟ ਕਿਸੇ ਵੀ ਕੰਟਰੀ ਤੋਂ ਰਿਫਿਊਜ਼ ਹੈਗਾ, ਹੀ ਇਜ਼ ਮੋਸਟ ਵੈਲਕਮ। ਰਿਫਿਊਜ਼ਲ ਜਿਹੜੀ ਹੈਗੀ ਹੈ ਤੁਹਾਡੀ ਫਰੋਡ ਇਨਫੋਰਮੇਸ਼ਨ, ਫਰੋਡੂਲੈਂਟ ਡਾਕੂਮੈਂਟੇਸ਼ਨ ਕਰਕੇ ਜੇ ਨਹੀਂ ਹੈਗੀ, ਕੋਈ ਵੀ ਅੰਬੈਸੀ ਇਹ ਨਹੀਂ ਕਹਿੰਦੀ ਕਿ ਤੁਸੀਂ ਰੀਅਪਲਾਈ ਨਹੀਂ ਕਰ ਸਕਦੇ ਹੋ। ਵੈਰੀ ਨੈਕਸਟ ਡੇ ਤੁਸੀਂ ਰੀਅਪਲਾਈ ਕਰ ਸਕਦੇ ਹੋ,
ਚੇਂਜ ਆਫ ਸਰਕਮਸਟਾਂਸ ਨਾਮ ਦੀ ਚੀਜ਼ ਹੈ, ਉਹ ਦੱਸਣਾ ਪੈਂਦਾ ਕਿ ਮੈਂ ਬਦਲਾਵ ਕੀ ਕੀਤਾ ਆਪਣੀ ਐਪਲੀਕੇਸ਼ਨ ਦੇ ਵਿੱਚ, ਜਾਂ ਪਿਛਲੀ ਵਾਰੀ ਮੇਰੀ ਰਿਫਿਊਜ਼ਲ ਕਿਉਂ ਸੀਗੀ, ਹੁਣ ਮੈਂ ਉਹਦਾ ਕੀ ਜਵਾਬ ਦੇ ਰਿਹਾ ਓਰਲੀ ਜਾਂ ਰਿਟਨ ਆਪਣੀ SOP ਦੇ ਵਿੱਚ, ਕਿ ਤੁਸੀਂ ਮੈਨੂੰ ਇਹ ਕਹਿ ਕੇ ਰਿਫਿਊਜ਼ ਕੀਤਾ, ਤੁਸੀਂ ਗਲਤ ਹੋ, ਇੱਦਾਂ ਨਹੀਂ ਹੈਗਾ। ਇੱਕ ਬੈਚਲਰ ਆਫ ਅਕਾਊਂਟਿੰਗ ਕੀਤਾ ਬੱਚਾ ਜਦੋਂ PG ਅਕਾਊਂਟਿੰਗ ਦੇ ਵਿੱਚ ਜਾਂਦਾ, ਉਹਨੂੰ ਰਿਫਿਊਜ਼ ਜੇ ਕੈਨੇਡੀਅਨ ਸਰਕਾਰ ਕਰਦੇ ਕਿ ਤੇਰਾ ਕੋਰਸ ਮੈਚ ਨਹੀਂ ਕਰਦਾ, ਇਸ ਤੋਂ ਵੱਡੀ ਮੈਚਿੰਗ ਕੋਰਸ ਦੀ ਕੀ ਹੋ ਸਕਦੀ ਹੈ? ਜਿਹਨੇ ਅਕਾਊਂਟਿੰਗ ਪੜ੍ਹੀ ਹੈ, ਅਕਾਊਂਟਿੰਗ ਹੀ ਪੜ੍ਹਨ ਜਾਣਾ ਚਾਹੁੰਦਾ, ਉਹਦੀ ਰਿਫਿਊਜ਼ਲ ਦੇ ਵਿੱਚ ਉਸੇ ਰਿਫਿਊਜ਼ਲ ਨੂੰ ਸਹੀ ਤਰੀਕੇ ਦੇ ਨਾਲ ਪੇਸ਼ ਕਰਕੇ ਐਮਬੈਸੀ ਨੂੰ ਦੁਬਾਰਾ ਫਾਈਲ ਲਗਾ ਕੇ ਉਹਦਾ ਵੀਜ਼ਾ ਬਿਲਕੁਲ ਲਿੱਤਾ ਜਾ ਸਕਦਾ। ਪ੍ਰੈਜੈਂਟੇਸ਼ਨ ਤੇ ਡਿਪੈਂਡ ਕਰਦਾ, ਬਹੁਤ ਜ਼ਿਆਦਾ ਡਿਪੈਂਡ ਕਰਦਾ ਕਿ ਤੁਸੀਂ ਕੀ ਫਾਈਲ ਦੇ ਵਿੱਚ ਲਾ ਕੇ ਭੇਜ ਰਹੇ ਹੋ, ਕਿਹੜੀ ਚੀਜ਼ ਸਾਹਮਣੇ ਰੱਖ ਰਹੇ ਹੋ ਵੀਜ਼ਾ ਆਫੀਸਰ ਦੇ। ਬਿਕੋਜ਼ ਫਾਈਲ ਦੇ ਵਿੱਚ ਇੱਕ ਬੜੀ ਇੰਪੋਰਟੈਂਟ ਚੀਜ਼ ਹੁੰਦੀ ਹੈ, ਅਸੀਂ ਇਹ ਡਿਸਾਈਡ ਕਰਦੇ ਹਾਂ ਕਿ ਕਿਹੜੀਆਂ ਚੀਜ਼ਾਂ ਸਟੂਡੈਂਟ ਦੀਆਂ ਪੋਜ਼ਿਟਿਵ ਨੇ, ਕਿਹੜੀਆਂ ਨੈਗੇਟਿਵ ਨੇ। ਹੁਣ ਜਾਣੀਆਂ ਦੋਨੋਂ ਹੀ ਐਮਬੈਸੀ ਦੇ ਵਿੱਚ ਹੈ, ਉਹਦੀ ਪੇਸ਼ਕਸ਼ ਇਸ ਤਰੀਕੇ ਦੇ ਨਾਲ ਹੋਣੀ ਚਾਹੀਦੀ ਹੈ ਕਿ ਪੋਜ਼ਿਟਿਵ ਚੀਜ਼ਾਂ ਉੱਤੇ ਰੱਖ ਦਿਓ ਔਰ ਪੋਜ਼ਿਟਿਵ ਚੀਜ਼ਾਂ ਨੂੰ ਮੋਰੇ ਕਰ ਕਰਕੇ ਦਿਖਾਓ ਬਾਰ ਬਾਰ, ਕਿ ਆਹ ਦੇਖੋ ਜੀ ਮੇਰੇ 7 ਬੈਂਡ, ਆਹ ਦੇਖੋ ਮੇਰੇ 7 ਬੈਂਡ ਆਏ ਇਸ ਕਰਕੇ ਮੈਂ ਕੈਨੇਡਾ ਚੱਲਾਂ, ਮੇਰੇ 7 ਬੈਂਡ ਆਏ ਇਸ ਕਰਕੇ ਮੈਨੂੰ। ਸੋ ਜਿਹੜੀ ਵੀ ਪੋਜ਼ਿਟਿਵ ਚੀਜ਼ ਆ ਉਹਨੂੰ ਬਾਰ ਬਾਰ ਸਾਹਮਣੇ ਕਰਕੇ ਰੱਖੋ। ਔਨ ਦੀ ਅਦਰ ਹੈਂਡ ਜਿਹੜੀ ਨੈਗੇਟਿਵ ਚੀਜ਼ ਆ, ਜੇ ਆਇਲਟਸ ਦਾ ਸਕੋਰ ਘੱਟ ਹੈ, ਆਇਲਟਸ ਨੂੰ ਥੱਲੇ ਰੱਖ ਦਿਓ, ਉਹਨੂੰ ਉਸ ਤਰੀਕੇ ਨਾਲ ਪ੍ਰੈਜੈਂਟ ਕਰੋ ਕਿ ਮੇਰਾ ਅਕੈਡਮਿਕਲੀ ਮੈਂ 80% ਨੰਬਰ ਸਕੋਰ ਕੀਤੇ, ਮੇਰੇ +2 ਦੇ ਵਿੱਚ 80% ਨੰਬਰ ਸੀ, ਮੇਰੇ ਫਿਜ਼ਿਕਸ ਦੇ ਵਿੱਚ 82% ਮਾਰਕ ਸੀ, ਮੇਰੇ ਕੈਮਿਸਟਰੀ 'ਚ 76, ਉਸ ਚੀਜ਼ ਨੂੰ ਸਾਹਮਣੇ ਰੱਖੋ। ਸੋ ਇਟ ਇਜ਼ ਅਬਾਊਟ ਵਟ ਟੂ ਗਿਵ ਦੈਮ ਮੋਰ ਪ੍ਰਾਇਓਰਿਟੀ, ਕਿ ਆਹ ਚੀਜ਼ ਬਾਰ ਬਾਰ ਦਿਖਾਓ ਔਰ ਕਿਹੜੀ ਚੀਜ਼ ਲੁਕੋ ਕੇ ਰੱਖਣੀ ਹੈ ਕਿ ਇਹਨੂੰ ਨਾ ਦਿਖਾਓ। ਫਾਈਲ ਦੇ ਵਿੱਚ ਲੱਗਣਾ, ਹਾਂ ਲੱਗਣਾ ਸਰਟੀਫਿਕੇਟ, ਬਟ ਤਵੱਜੋ ਘੱਟ ਦਿੱਤੀ ਜਾਏ। ਜੀ ਇੱਕ ਸੋਰੀ ਇੰਟਰਪਟ ਕਰ ਰਹੀ ਹਾਂ, ਵੱਡਾ ਸਵਾਲ ਹੈ, ਮਾਂ ਬਾਪ ਜਿਹੜੇ ਨੇ ਬੱਚਿਆਂ ਨੂੰ ਪ੍ਰੈਸ਼ਰਾਈਜ਼ ਕਰਦੇ ਨੇ ਜਦੋਂ ਬੱਚਾ 10ਵੀਂ ਜਾਂ 12ਵੀਂ ਵਿੱਚ ਹੁੰਦਾ ਹੈ। ਜਿਸ ਤਰ੍ਹਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਮਾਂ ਬਾਪ ਦੇ ਸੁਪਨੇ ਵੱਡੇ ਹੋ ਗਏ ਨੇ ਕਿ ਬੱਚਾ ਐਬਰੋਡ ਜਾ ਕੇ ਸੈਟਲ ਹੋਏ, ਕਮਾਏ, PR ਲਵੇ ਤੇ ਸਾਨੂੰ ਬੁਲਾ ਲਏ। ਮਾਂ ਬਾਪ ਦੀ ਕੌਂਸਲਿੰਗ ਬੜੀ ਜ਼ਰੂਰੀ ਹੈ, ਇਹ ਹੋ ਰਿਹਾ ਇੱਥੇ ਕਿ ਨਹੀਂ? ਬਿਲਕੁਲ, ਬਹੁਤ ਵਧੀਆ ਗੱਲ ਕੀਤੀ ਜੀ ਤੁਸੀਂ। ਮਾਂ ਬਾਪ ਦੀ ਕਾਉਂਸਲਿੰਗ ਬਹੁਤ ਜ਼ਿਆਦਾ ਜ਼ਰੂਰੀ ਹੈ। ਰੀਸੈਂਟ ਇੰਸੀਡੈਂਟ ਮੈਨੂੰ ਯਾਦ ਆਉਂਦਾ, ਪਰਸੋਂ ਦੀ ਗੱਲ ਹੈ, ਅੰਮ੍ਰਿਤਸਰ ਆਫਿਸ ਦੇ ਵਿੱਚ 2 ਕੁੜੀਆਂ ਮੇਰੇ ਕੋਲ ਆਈਆਂ ਆਪਣੇ ਡਾਕੂਮੈਂਟਸ ਲੈ ਕੇ, ਜੋ ਵੀ ਉਹਨਾਂ ਦਾ ਪ੍ਰੋਫਾਈਲ ਸੀਗਾ ਉਹ ਸਾਰੇ ਪ੍ਰੋਫਾਈਲ ਦੇ ਵਿੱਚ ਕੈਨੇਡਾ ਲਈ ਉਹ ਐਲੀਜੀਬਲ ਸੀਗੀਆਂ। ਉਹਨਾਂ 'ਚੋਂ ਇੱਕ ਕੁੜੀ ਦਾ ਜਿਹੜਾ ਆਇਲ ਸਕੋਰ ਸੀਗਾ ਉਹਦੇ 6.5, 6.6, 6.6, 1 'ਚ 5.5 ਬੈਂਡ ਸੀਗੇ, ਸ਼ੀ ਵਾਸ ਟੋਟਲੀ ਐਲੀਜੀਬਲ, ਉਹ ਕੈਨੇਡਾ ਜਾ ਸਕਦੀ ਸੀ। ਅਕੈਡਮਿਕਲੀ 2018 'ਚ ਉਹਨੇ ਆਪਣੀ +2 ਸ਼ਾਇਦ ਪਾਸ ਕੀਤੀ ਸੀਗੀ। ਸੋ ਆਈ ਵਾਜ਼ ਓਕੇ ਕਿ ਹਾਂ ਤੇਰਾ ਵੀਜ਼ਾ ਪ੍ਰੋਸੈਸ ਹੋ ਜਾਊਗਾ, ਤੇਰਾ ਵੀਜ਼ਾ ਲੱਗ ਜਾਊਗਾ, ਤੂੰ ਕੋਈ ਪੈਸਾ ਨਹੀਂ ਦੇਣਾ, ਸਾਰੇ ਪੈਸੇ ਬਾਅਦ ਦੇਣੇ। ਉਹ ਕਹਿੰਦੀ ਮੈਂ 29 ਤਰੀਕ ਨੂੰ ਦੁਬਾਰਾ ਆਇਲਸ ਦਾ ਪੇਪਰ ਦੇ ਰਹੀ ਹਾਂ। ਕਿਉਂ ਦੇ ਰਹੀ ਹਾਂ ਦੁਬਾਰਾ ਆਇਲਸ ਦਾ ਪੇਪਰ? ਮੇਰੇ ਮੰਮੀ ਡੈਡੀ ਦੇ ਇਹ ਪਤਾ ਹੈ ਕਿ ਜਿਹੜਾ ਕੈਨੇਡਾ ਦਾ ਵੀਜ਼ਾ ਉਹ ਸਿਰਫ 6E 'ਚ 'ਤੇ ਹੀ ਲੱਗਦਾ, ਉਹ ਉਹਦੇ ਬਿਨਾਂ ਲੱਗਦਾ ਹੀ ਨਹੀਂ। ਮੈਂ ਉਸ ਕੁੜੀ ਨੂੰ ਕਈ ਵੀਜ਼ੇ ਕੱਢ ਕੇ ਦਿਖਾਏ, ਕਈ ਆਇਲਸ ਦੇ ਸਰਟੀਫਿਕੇਟ ਕੱਢ ਕੇ ਦਿਖਾਏ, ਸ਼ੀ ਵਾਜ਼ ਕਨਵਿੰਸਡ। ਅਲਟੀਮੇਟਲੀ ਉਹ ਕਹਿੰਦੀ ਕਿ ਮੇਰੇ ਕੋਲ ਹੋਰ ਕੋਈ ਆਪਸ਼ਨ ਨਹੀਂ ਹੈਗੀ, ਜਾਂ ਤਾਂ ਮੈਂ ਆਪਣੇ ਪੇਰੈਂਟਸ ਨੂੰ ਤੁਹਾਡੇ ਕੋਲ ਲੈ ਕੇ ਆਵਾਂ। ਸੋ ਮੈਂ ਬਾਰ ਬਾਰ ਸਾਰੇ ਪੇਰੈਂਟਸ ਨੂੰ, ਸਾਰੇ ਬੱਚਿਆਂ ਨੂੰ ਇਹੀ ਦਰਖਾਸਤ ਕਰਾਂਗਾ ਕਿ ਜਦੋਂ ਵੀ ਤੁਸੀਂ ਕਿਸੇ ਵੀ ਆਫਿਸ, ਕਿਸੇ ਵੀ ਏਜੰਟ, ਕਿਸੇ ਵੀ ਕੰਸਲਟੈਂਟ ਕੋਲ ਜਾਓ, ਆਪਣੇ ਪੇਰੈਂਟਸ ਨੂੰ ਜਾਂ ਕਿਸੇ ਵੱਡੇ ਬਜ਼ੁਰਗ ਨੂੰ ਨਾਲ ਜ਼ਰੂਰ ਲੈ ਕੇ ਜਾਓ, ਸੋ ਦੈਟ ਉਹਨੂੰ ਵੀ ਪਤਾ ਲੱਗੇ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ। ਨਾਲੇ ਜਿਹੜਾ ਤੁਹਾਡਾ ਵੱਡਾ ਹੈ, ਜਿਹੜਾ ਤੁਹਾਡੇ ਤੋਂ, ਜਿਹੜੇ ਤੁਹਾਨੂੰ ਜਨਮ ਦਿੱਤਾ, ਜਦੋਂ ਉਹ ਮਿਲੂਗਾ ਉਸ ਬੰਦੇ ਨੂੰ ਜਿਹਨੂੰ ਤੁਸੀਂ ਫਾਈਲ ਆਪਣੀ ਪ੍ਰੋਸੈਸ ਕਰਾਉਣੀ ਹੈ, ਉਹਨਾਂ ਨੇ ਤੁਹਾਡੇ ਨਾਲੋਂ ਜ਼ਿਆਦਾ ਦੁਨੀਆ ਦੇਖੀ ਹੈ, ਦੇ ਵਿਲ ਬੀ ਏਬਲ ਟੂ ਡਿਸਾਈਡ ਕਿ ਹਾਂ ਭਾਈ ਇਸ ਬੱਚੇ ਨੂੰ, ਇਸ ਬੰਦੇ ਨੂੰ ਤੁਸੀਂ ਆਪਣੀ ਫਾਈਲ ਦੇ ਸਕਦੇ ਹੋ, ਇਹਦੇ ਕੋਲੋਂ ਆਪਣਾ ਵੀਜ਼ਾ ਪ੍ਰੋਸੈਸ ਕਰਾ ਸਕਦੇ ਹੋ, ਇਹਦੇ ਕੋਲੋਂ ਨਹੀਂ ਕਰਾਉਣਾ ਚਾਹੀਦਾ। ਸੋ ਮਾਂ ਪਿਓ ਲਈ ਵੀ ਇਹ ਰਿਕੁਐਸਟ ਹੈ ਔਰ ਬੱਚਿਆਂ ਨੂੰ ਵੀ ਇਹ ਰਿਕੁਐਸਟ ਹੈ ਕਿ ਜ਼ਰੂਰ ਨਾਲ ਮਾਂ ਪਿਓ ਉਹਨਾਂ ਦੇ ਨਾਲ ਜਾਣ, ਸੋ ਦੈਟ ਉਹਨਾਂ ਲਈ ਡਿਸੀਜਨ ਲੈਣਾ ਸੌਖਾ ਹੋ ਸਕੇ। ਜਿਸ ਤਰ੍ਹਾਂ
ਪਹਿਲਾਂ ਵੀ ਮੈਂ ਕਿਹਾ ਕਿ ਹਰ ਸਿੱਕੇ ਦੇ ਦੋ ਪਹਿਲੂ ਨੇ, ਕੈਨੇਡਾ ਦੇ ਵਿੱਚ ਲਾਈਫ ਸਟਾਈਲ ਅੱਛਾ ਹੈ, ਜ਼ਿਆਦਾ ਫੋਕਸ ਇਸ ਗੱਲ ਵੱਲ ਕੀਤਾ ਜਾ ਰਿਹਾ, ਕੈਨੇਡਾ ਦੇ ਵਿੱਚ ਕਿੰਨੀ ਮੁਸ਼ਕਲਾਂ ਆ ਰਹੀਆਂ ਨੇ, ਕੈਨੇਡਾ ਦੇ ਵਿੱਚ ਕਿਸ ਤਰੀਕੇ ਦਾ ਕੰਮ ਕਰਨਾ ਪੈ ਰਿਹਾ ਹੈ। ਹਾਲਾਂਕਿ ਡਿਗਨਿਟੀ ਆਫ ਲੇਬਰ ਦੀ ਤੁਸੀਂ ਗੱਲ ਕੀਤੀ, ਇਹ ਬੜਾ ਵੱਡਾ ਪੋਜ਼ਿਟਿਵ ਪੁਆਇੰਟ ਹੈ, ਪਰ ਬੱਚੇ ਕਨਵਿੰਸ ਹੋ ਜਾਂਦੇ ਨੇ ਕਿ ਉੱਥੇ ਜਾ ਕੇ ਕਿਸੇ ਵੀ ਤਰੀਕੇ ਦਾ ਕੰਮ ਕਰ ਲੈਣਗੇ, ਮਾਂ ਬਾਪ ਵੀ ਕਿਤੇ ਨਾ ਕਿਤੇ ਆ ਕੇ ਕਨਵਿੰਸ ਹੋ ਜਾਂਦੇ ਨੇ, ਪਰ ਉਸ ਚੱਕਰ ਦੇ ਵਿੱਚ ਪੜ੍ਹਾਈ ਪਿੱਛੇ ਰਹਿ ਜਾਂਦੀ ਹੈ, ਸਟੱਡੀ ਵੀਜ਼ਾ ਲਗਵਾ ਕੇ ਬੱਚਾ ਜਾਂਦਾ ਹੈ, ਪਰ ਗੱਲ ਉੱਥੇ ਹੀ ਆ ਗਈ ਕਿ ਪੜ੍ਹਾਈ ਨਿਗਲੈਕਟ ਹੋ ਰਹੀ ਹੈ। ਜੀ ਦੇਖੋ, ਜਿਹੜੀ ਲਾਈਫ ਸਟਾਈਲ ਦੀ ਜੇ ਆਪਾਂ ਗੱਲ ਕਰ ਲਈਏ, ਮੈਂ ਇਸ ਸਾਲ ਫੈਬਰਰੀ ਔਰ ਮਾਰਚ 2 ਮਹੀਨੇ ਪੂਰੇ ਕੈਨੇਡਾ ਦੇ ਵਿੱਚ ਲਾਏ, ਮੈਂ ਟੋਰੋਂਟੋ ਦੇ ਵਿੱਚ ਸੀਗਾ, ਇੰਨੀ ਬਰਫ਼ ਮੈਂ ਆਪਣੀ ਸਾਰੀ ਜ਼ਿੰਦਗੀ 'ਚ ਨਹੀਂ ਦੇਖੀ ਜਿੰਨੀ ਉਹ 2 ਮਹੀਨਿਆਂ 'ਚ ਪੈਂਦੀ ਦੇਖ ਲਈ। ਕਿਸੇ ਵੀ ਸਟੂਡੈਂਟ ਨੇ ਬਾਹਰ ਨਿਕਲ ਨਾ ਕਰੋ, ਗੱਡੀ ਲੈ ਕੇ ਜਾਣੀ ਹੈ ਪਹਿਲਾਂ ਉਹਨੂੰ ਆਪਣੇ ਡਰਾਈਵਵੇ ਤੋਂ ਉਹ ਸਨੋ ਸਾਈਡ 'ਤੇ ਕਰਨੀ ਪੈਂਦੀ ਹੈ, ਪਹਿਲਾਂ ਉਹਨੂੰ ਉਹ ਸਾਰੀਆਂ ਚੀਜ਼ਾਂ ਮਤਲਬ ਜਿਹੜੀਆਂ ਇੱਥੇ ਤੁਸੀਂ ਸੋਚੀਆਂ ਵੀ ਨਹੀਂ ਹੁੰਦੀਆਂ ਉਹ ਸਾਰੀਆਂ ਚੀਜ਼ਾਂ ਉੱਥੇ ਜਾ ਕੇ ਕਰਨੀਆਂ ਪੈਂਦੀਆਂ। ਫਿਰ ਜਿਹੜਾ ਇਹ ਮਾਇੰਡ ਸੈੱਟ ਹੈ ਸਟੂਡੈਂਟ ਦਾ ਕਿ ਜੀ ਮੈਂ ਇੱਥੋਂ ਪੜ੍ਹਾਈ ਛੱਡ ਕੇ ਚੱਲਾਂ, ਉੱਥੇ ਤਾਂ ਮੈਂ ਕੰਮ ਕਰਨ ਹੀ ਚੱਲਾਂ, ਜੇ ਤੁਸੀਂ ਉੱਥੇ ਪੜ੍ਹੋਗੇ, ਜੇ ਤੁਸੀਂ ਉੱਥੇ ਆਪਣਾ ਕੋਰਸ ਪੂਰਾ ਕਰੋਗੇ, ਫਿਰ ਕਾਮਯਾਬੀ ਮਿਲਣੀ ਹੈ। ਜੇ ਤੁਸੀਂ ਕਹੋ ਕਿ ਮੈਂ ਜਾਂਦੇ ਹੀ ਕਾਲਜ ਛੱਡ ਦੇਵਾਂ, ਕਾਲਜ ਵੀ ਤੁਹਾਨੂੰ ਰਿਪੋਰਟ ਕਰੇਗਾ, ਕਿਉਂਕਿ ਜਿਹੜੇ ਕਾਲਜ ਨੇ ਤੁਹਾਨੂੰ ਉੱਥੇ ਸੱਦਿਆ ਉਹ ਕਾਲਜ ਰਿਸਪੋਂਸੀਬਲ ਹੈ ਤੁਹਾਡੀ ਇਨਫੋਰਮੇਸ਼ਨ ਇਮੀਗ੍ਰੇਸ਼ਨ ਨੂੰ ਦੇਣ ਦੇ ਲਈ। ਉਹ ਕਾਲਜ ਇਮੀਗ੍ਰੇਸ਼ਨ ਨੂੰ ਦੱਸਦਾ ਹੈ ਕਿ ਸਟੂਡੈਂਟ ਪਹੁੰਚਿਆ ਸੀ ਮੇਰੇ ਕੋਲ ਕਾਲਜ 'ਚ ਕਿ ਨਹੀਂ ਪਹੁੰਚਿਆ ਸੀ, ਕਿੰਨੀ ਦੇਰ ਰਿਹਾ, ਕਿੰਨੀ ਦੇਰ ਤੋਂ ਬਾਅਦ ਉਹ ਮੇਰੇ ਕੋਲੋਂ ਛੱਡ ਕੇ ਚਲਾ ਗਿਆ, ਕਿਸੇ ਹੋਰ ਕਾਲਜ ਦੀ ਆਫਰ ਲੈਟਰ ਦੇ ਕੇ ਉੱਥੇ ਸ਼ਿਫਟ ਹੋ ਗਿਆ, ਜਾਂ ਵਟ ਐਵਰ ਯੂਅਰ ਸਨੈਰੀਓ ਇਜ਼, ਕਾਲਜ ਦੀ ਰਿਸਪੋਂਸੀਬਿਲਿਟੀ ਬਣਦੀ ਆ ਉਹ ਇਮੀਗ੍ਰੇਸ਼ਨ ਨੂੰ ਇਨਫੋਰਮ ਕਰਨੀ। ਸੋ ਕੋਈ ਵੀ ਸਟੈਪ ਲਓ, ਕੋਈ ਵੀ ਕੰਮ ਕਰੋ, ਰੂਲਸ ਐਂਡ ਰੈਗੂਲੇਸ਼ਨਸ ਦੇ ਵਿੱਚ ਰਹਿ ਕੇ ਕਰੋ, ਉਹ ਤੋਂ ਬਾਹਰ ਨਿਕਲ ਕੇ ਕਰੋਗੇ ਤਾਂ ਕਿਤੇ ਨਾ ਕਿਤੇ ਕਦੀ ਨਾ ਕਦੀ ਉਹਦਾ ਖਮਿਆਜ਼ਾ ਤੁਹਾਨੂੰ ਭੁਗਤਣਾ ਪਊਗਾ। ਸਪਾਊਸ ਵੀਜ਼ਾ ਦੇ ਨਾਮ ਤੇ ਦੁਬਾਰਾ ਆਉਂਦੇ ਆ, ਸਪਾਊਸ ਵੀਜ਼ਾ ਦੇ ਨਾਮ ਤੇ ਇੱਕ ਸਕਾ ਭਰਾ ਆਪਣੀ ਭੈਣ ਦੇ ਨਾਲ ਵਿਆਹ ਕਰਵਾ ਰਿਹਾ ਸਿਰਫ ਕੈਨੇਡਾ ਜਾਂ ਆਸਟ੍ਰੇਲੀਆ ਜਾਣ ਦੇ ਚੱਕਰ ਵਿੱਚ। ਬਹੁਤ ਕੁਛ ਇੱਦਾਂ ਦਾ ਪੰਜਾਬ 'ਚ, ਸ਼ਾਇਦ ਇਹ ਅੱਜ ਸ਼ੁਰੂ ਨਹੀਂ ਹੋਇਆ, ਮੇਰਾ ਖਿਆਲ ਜਦੋਂ ਦੀ ਇਮੀਗ੍ਰੇਸ਼ਨ ਦੀ ਹਿਸਟਰੀ ਹੈ ਉਦੋਂ ਦੀਆਂ ਹੀ ਆਪਾਂ ਇਹ ਚੀਜ਼ਾਂ ਸੁਣਦੇ ਪਏ ਹਾਂ। ਹੁਣ ਜੇ ਅੱਜ ਦੀ ਗੱਲ ਕਰ ਲਈਏ ਤਾਂ ਸ਼ਾਇਦ ਕਿਸੇ ਹੱਦ ਤੱਕ ਸਟੂਡੈਂਟ ਵੀਜ਼ਾ ਨੇ, ਜਿਹੜੀਆਂ ਕੰਟਰੀਜ਼ ਨੇ ਸਟੂਡੈਂਟ ਵੀਜ਼ਾ ਖੋਲ੍ਹੇ ਆ ਔਰ ਪੰਜਾਬ ਤੋਂ ਬੱਚੇ ਲਏ ਆ, ਉਹਨਾਂ ਨੇ ਇਹ ਚੀਜ਼ਾਂ ਕਾਫੀ ਹੱਦ ਤੱਕ ਘਟਾ ਦਿੱਤੀਆਂ। ਜੇ ਆਪਾਂ ਰੀਸੈਂਟ ਗੱਲ ਕਰ ਲਈਏ ਤਾਂ ਇਹ ਚੀਜ਼ਾਂ ਹੁਣ ਘੱਟ ਸੁਣਨ ਨੂੰ ਮਿਲਦੀਆਂ, ਪਹਿਲਾਂ ਬਹੁਤ ਹੋਈਆਂ, ਬਹੁਤ ਸਾਰਾ ਕੁਝ ਹੋਇਆ। ਅਗੇਨ ਮੈਂ ਇਹੀ ਰਿਕੁਐਸਟ ਕਰਨਾ ਚਾਹੁੰਦਾ ਕਿ ਸਹੀ ਤਰੀਕੇ ਦੇ ਨਾਲ ਹਰ ਬੰਦੇ ਕੋਲ ਬਾਹਰ ਜਾਣ ਦਾ ਤਰੀਕਾ, ਹਰ ਬੰਦੇ ਕੋਲ ਰਸਤਾ ਹੈਗਾ, ਚੰਗਾ ਏਜੰਟ, ਚੰਗਾ ਕੰਸਲਟੈਂਟ, ਜਿਹਨੂੰ ਵੀਜ਼ਿਆਂ ਦੀ ਸਮਝ ਹੋਵੇ, ਜਿਹਨੂੰ ਪਤਾ ਹੋਵੇ ਕਿ ਕਿਹੜਾ ਵੀਜ਼ਾ ਕਿਸ ਤਰੀਕੇ ਦੇ ਨਾਲ ਲੱਗਦਾ, ਜਿਹਨੂੰ ਇਹ ਪਤਾ ਹੋਵੇ ਕਿ ਤੁਸੀਂ ਕਿਹੜੇ ਵੀਜ਼ੇ ਲਈ ਐਲੀਜੀਬਲ ਹੋ, ਕਿਹੜੇ ਵੀਜ਼ੇ ਲਈ ਐਲੀਜੀਬਲ ਨਹੀਂ ਹੋ। ਹਰ ਬੰਦੇ ਲਈ ਬਾਹਰ ਜਾਣ ਦਾ ਕੋਈ ਨਾ ਕੋਈ ਰਸਤਾ, ਕੋਈ ਨਾ ਕੋਈ ਤਰੀਕਾ, ਕੋਈ ਨਾ ਕੋਈ ਵਜ੍ਹਾ ਜ਼ਰੂਰ ਹੁੰਦੀ ਹੈ। ਕਿਸੇ ਵੀ ਤਰ੍ਹਾਂ ਦੇ ਗਲਤ ਤਰੀਕੇ ਦੇ ਨਾਲ, ਕਿਸੇ ਵੀ ਤਰ੍ਹਾਂ ਦੀਆਂ ਡੌਂਕੀਆਂ ਮਾਰ ਕੇ, ਕਿਸੇ ਵੀ ਤਰ੍ਹਾਂ ਦੀਆਂ ਕੰਟਰੀਆਂ ਦੇ ਬਾਰਡਰ ਟੱਪ ਕੇ ਬਾਹਰ ਜਾਣਾ ਜਿਹੜਾ ਚਾਹੁੰਦਾ, ਰੱਬ ਦਾ ਹੀ ਉਹਨੂੰ ਵਾਸਤਾ ਹੀ ਕਿ ਆਪਣੇ ਪਿਛਲੇ ਜਿਹੜੇ ਇੱਥੇ ਤੁਹਾਡੇ ਘਰ ਦੇ ਰਹਿ ਜੇ ਉਹਨਾਂ ਬਾਰੇ ਸੋਚੋ, ਉਹਨਾਂ ਦੀ ਜ਼ਿੰਦਗੀ ਬਾਰੇ ਸੋਚੋ, ਉਹਨਾਂ ਦੇ ਉਹਨਾਂ 'ਤੇ ਕੀ ਬੀਤੂਗੀ, ਫਿਰ ਕੋਈ ਡਿਸੀਜਨ ਲਓ। ਬਹੁਤ ਧੰਨਵਾਦ ਪੁਨੀਤ ਜੀ ਜਾਣਕਾਰੀ ਸਾਂਝੀ ਕਰਨ ਦੇ ਲਈ। ਤਾਂ ਇਹ ਸਨ ਪੁਨੀਤ ਖੰਨਾ ਓਮ ਗਲੋਬਲ ਸੋ, ਜਿਨ੍ਹਾਂ ਦਾ ਮੰਨਣਾ ਹੈ ਕਿ ਸਹੀ ਏਜੰਟ ਅਤੇ ਸਹੀ ਤਰੀਕਾ ਹਰ ਵਿਅਕਤੀ ਨੂੰ ਬਾਹਰ ਪਹੁੰਚਾ ਵੀ ਸਕਦਾ ਅਤੇ ਉੱਥੇ ਵਸਾ ਵੀ ਸਕਦਾ। ਵਧੇਰੇ ਅਪਡੇਟਸ ਲੈ ਕੇ ਜਲਦੀ ਹਾਜ਼ਰ ਹੋਵਾਂਗੇ। ਕੈਮਰਾਮੈਨ ਜਗਰੂਪ ਸਿੰਘ ਦੇ ਨਾਲ ਸੁਮਨ ਜੇਟਲੀ, ਡੇਲੀ ਪੋਸਟ ਪੰਜਾਬੀ, ਜਲੰਧਰ।